बस रहन दे छेड़ना दर्दानू, साथों दर्द सुनाया नहीं जाना। सन 47 दी वंड दे दर्द नू पंजाब ने अपने पिंडे ते हंडाया है। सांझी वालता दा संदेश देन वाली पंजाब दी धरती नू सियासत दी कलम ने एक नक्शे ते लकीर खिंच के चढ़दे पंजाब ते लहिंदे पंजाब विच वंड दित्ता, सांझे घर दा बंटवारा कर दित्ता। अज भी चढ़दे पंजाब ते लहिंदे पंजाब दे लोग आपस च मिलदे ने, एक दूजे नू घुट के गलवकड़ी च लैंदे ने, ते अखां चों सतलुज, ब्यास, रावी, जेलम, चना दा पानी वग तुरदा है। पंजाब पंजा पानियां दी धरती है, ते सियाणे कहिंदे ने कि लाठी मारन नाल पानियां च वंडियां नहीं पाईयां जा सकदियां। साडे दुख सुख सांझे, साडा सभ्याचार सांझा, साडी बोली सांझी, साडी रोटी सांझी, ते सियासत इस सांझ नूं खत्म नहीं कर सकदी। पिछले दिनी पंजाब मेल यूएसए टीवी दी टीम नूं लैंदे पंजाब यानी पाकिस्तान विच कसूर जिले दे सब तो पहले सरहदी पिंड उल्ला के जाण दा मौका मिलिया, ते गंडा सिंह वाला बॉर्डर दे नाल लगदे सब तो पहले घर विचों इह मोह भिज्जा संदेश अपने दर्शकां लई रिकॉर्ड करन विच सफलता हासिल होई। दोस्तों मैं हाँ गुरजतिंदर सिंह रंधावा, तो मैं इस वे उस थान पर हाँ जिहड़ा दो मुल्क का एक बॉर्डर आ गंडा सिंह वाला जिहड़ा कि हसैनी वाल दूजे पासे आ, गंडा सिंह वाला पाकिस्तान वाले पासे आ। उहदे मैं जिहड़ा सब तो पहला घर, सब तो पहला पिंड जिहड़ा कसूर जिले नाल लगता, कसूर जिले का एक पिंड आ उल्ला के, उहदे बछिंदे जिहड़े जिहड़ा बिल्कुल कह सकदे बॉर्डर दे बिल्कुल नाल घर आ, उत्थे पहुंचे आ। जनाब तुहाडा बहुत बहुत स्वागत है जी। इस वास्ते आ गया कि जो हैड बनिया 1922 च कुछ जमीना साडिया क्योर कर लिया गवर्नमेंट इंडिया ने, ते उस तो बाद जो सानू कुछ जमीना मिलिया आरफ आले बूरे आले पूरियां सन ਜਦੋਂ ਵੰਡ ਹੋਈ ਸੀ, ਕੋਈ ਇਸ ਤਰ੍ਹਾਂ ਦਾ ਕੋਈ ਨਾਂਗਾ ਬਣਿਆ ਸੀ ਇਸ ਪਾਸੇ? ਹਾਂ, ਮੇਰੀ ਤਾਂ ਵੈਸੇ ਉਮਰ ਨਹੀਂ, ਕੋਈ ਨਾਂਗੇ ਤੇ ਜਾਂਦੇ ਹੁੰਦੇ? ਹਾਂ, ਲੰਗੇ ਇਸੇ ਬਾਟ ਇਸੇ ਜਗ੍ਹਾ ਤੋਂ, ਇਸੇ ਵੈਟ ਤੋਂ ਲੰਗੇ ਸਨ। ਦੱਸਦੇ ਨੇ ਵੱਡੇ ਕਿ ਮੈਂ ਤਾਂ ਮੇਰੀ ਸਨ 1970 ਦੀ ਪੈਦਾਇਸ਼ ਹੈ। ਵੱਡੇ ਦੱਸਦੇ ਨੇ ਕਿ ਜੋ ਲੋਕ ਗੁਜ਼ਰੇ ਨੇ ਇੱਥੋਂ ਜ਼ਿਆਦਾ ਇੱਥੋਂ ਹੀ ਗੁਜ਼ਰੇ ਨੇ, ਤੇ ਉਹਨਾਂ ਨੂੰ ਜਿਹੜਾ ਮੇਰਾ ਦਾਦਾ ਸੀ ਸਰਦਾਰ ਮੁਹੰਮਦ ਯਾਦ, ਅੱਛਾ ਜੀ, ਉਹ ਦੇਗਾਂ ਲਾਹ ਤੇ ਉਹ ਉਹਨਾਂ ਨੂੰ ਖਵਾਉਂਦਾ ਰਿਹਾ ਲੋਕਾਂ ਨੂੰ। ਅੱਛਾ ਜੀ, अपना मुसलमाना नू इत्थे जाते अगे हुंदा सी, पिछले लंघ जांदे सी फिरोजपुर शहर, उदो कतलेआम हुंदी सी, बड़ी कतलेआम हुई है, बहुत ज्यादा कतलेआम हुई। जेहड़े सिख बरादरी सी ਉਹ ਮਹਿਤ ਕਰਦੇ ਸਨ, ਤੇ ਜਿਹੜੇ ਦੂਜੇ ਸਨ ਉਹ ਮਹਿਤ ਨਹੀਂ ਸੀ ਕਰਦੇ ਮੁਸਲਮਾਨ। ਅੱਛਾ ਅੱਛਾ ਜੀ, ਤੇ ਹੋਰ ਤੁਸੀਂ ਇੱਥੇ ਇਸ ਵੇਲੇ ਜਿਹੜਾ ਤੁਸੀਂ ਰਹਿ ਰਹੇ ਹੋ ਜੀ, ਕਿੰਨੀ ਕੁ ਜ਼ਮੀਨ ਤੁਹਾਡੀ? ਅਸੀਂ ਜੀ ਇਵੇਂ ਸਾਡੇ ਅੱਬੇ ਦੇ 5 ਭਾਈ ਸਨ, ਪੰਜਾਂ ਭਰਾਵਾਂ ਨੂੰ ਕੋਈ ਪ੍ਰੋਬਲਮ ਅੱਜ ਤੱਕ ਨਹੀਂ ਹੋਈ ਕਿਸੇ ਕਿਸਮ ਦੀ। ਅੱਜ ਤੱਕ ਮੇਰੀ 40-42 ਸਾਲ ਉਮਰ ਹੋ ਗਈ, ਅੱਜ ਤੱਕ ਸਾਡੇ ਕੋਈ ਐਸਾ ਮਸਲਾ ਨਹੀਂ ਹੋਇਆ। ਹਾਲਾਤ ਜਦੋਂ ਖਰਾਬ ਹੁੰਦੇ ਰਹੇ ਉਦੋਂ ਮਸਲਾ ਹੁੰਦਾ ਸੀ, ਅਸੀਂ ਪਿੱਛੇ ਚਲੇ ਜਾਂਦੇ ਸਾਂ ਕਿਉਂਕਿ ਉਦੋਂ ਫੌਜਾਂ ਆ ਜਾਂਦੀਆਂ ਸਾਰੀਆਂ, ਤੇ ਸਾਡਾ ਤਾਂ ਬਿਲਕੁਲ ਘਰ ਉੱਤੇ, ਅਸੀਂ ਬੱਚੇ ਆਪਦੇ ਲੈ ਕੇ ਹੁਸ਼ਿਆਰ ਵਾਲੇ ਪਾਸੇ ਚਲੇ ਜਾਂਦੇ ਜੀ ਜੀ ਜੀ। ਨਾਦਮ ਰਹੇ ਨੇ, ਜਦੋਂ ਦੀ ਸਾਡੀ ਕੌਂਸਲ ਬਣੀ ਹੈ ਮੇਰੇ ਦਾਦਾ ਜੀ, ਤੇ ਅਸੀਂ ਹੁਣ ਤੱਕ ਜਿਹੜਾ ਨਾ ਅਸੀਂ ਇਸ
ਕੌਂਸਲ ਦੇ ਚੇਅਰਮੈਨ ਰਹੇ ਜਾਂ ਜ਼ਿਲ੍ਹਾ ਕੌਂਸਲ ਦੇ ਮੈਂਬਰ ਰਹੇ ਸਾਡੇ ਜਾ ਅਸੀਂ ਆਪਦੇ ਦੋ ਤਿੰਨ ਦਫ਼ਾ ਆਪਦੇ ਪਾਰਟੀ ਦੇ ਬੰਦਿਆਂ ਨੂੰ ਅੱਗੇ ਕਰਕੇ ਮੈਂਬਰ ਬਣਾ ਜ਼ਿਲ੍ਹਾ ਕੌਂਸਲ ਬਣਵਾਇਆ ਕਿਹੜੀ ਪਾਰਟੀ ਤੁਹਾਡੀ ਜੀ ਅਸੀਂ ਨੂਨ ਲੀਗ ਦੇ ਜਨਾਬ ਨਵਾਜ਼ ਸ਼ਰੀਫ ਦੇ ਨਾਲ ਦੇ ਇਨਸ਼ਾਅੱਲਾ ਇਹ ਰਾਜਨੀਤੀ ਹੈ ਇਹ ਪੋਲਿਟਿਕਸ ਕਦੇ ਦਾਦੇ ਦੀਆਂ ਕਦੇ ਪੋਤੇ ਦੀਆਂ ਚੱਲਦੀਆਂ ਰਹਿੰਦੀਆਂ ਨਹੀਂ ਹੁਣ ਵੀ ਸਾਡੇ ਨਾਲ ਜਿਆਦਾ ਹੋਈ ਹੈ ਅਸੀਂ ਕੋਈ ਐਸੀ ਕਰਪਸ਼ਨ ਨਹੀਂ ਕੀਤੀ ਸਾਡੇ ਲੀਡਰ ਨੇ ਇਨਸ਼ਾਅੱਲਾ ਚਲੋ ਅੱਜ ਪੋਲਿਟਿਕਸ ਦੀ ਗੱਲ ਨਹੀਂ ਕਰਨੀ ਚਲੋ ਠੀਕ ਹੈ ਤੁਸੀਂ ਕੋਈ ਇਹੋ ਜਿਹੀ ਯਾਦਗਾਰ ਸਾਨੂੰ ਸੁਣਾਓ ਜਿਹੜੀ ਬੜੀ ਅਹਿਮ ਹੋਵੇ ਇਸ ਇਹਨਾਂ ਪਿੰਡਾਂ ਦੀ ਜਾਂ ਹੋਰ ਲੋਕਾਂ ਦੀ ਇੱਥੇ ਸਾਡਾ ਜੀ ਅਹਿਮ ਗੱਲ ਇਹ ਕਿ ਸਾਡੇ ਇੱਥੇ ਪਹਿਲੇ ਸਾਡੀ ਹੁਣ ਕੌਂਸਲ ਨਵੀਂ ਬਣੀ ਪਹਿਲੇ ਜਦੋਂ ਯੂਬ ਨੇ ਬਣਾਇਆ ਸੀ ਉਹ ਸੀ ਕੌਂਸਲ ਉਦੋਂ ਦੇ ਸਾਡੇ ਦੋ ਪਿੰਡ ਡੋਗਰਾਂ ਦੇ ਸੀ ਅਤੇ ਬਾਕੀ ਸਾਰੇ ਰਾਈ ਬਰਾਦਰੀ ਸੀ ਉਹ ਸਾਨੂੰ ਇਵੇਂ ਪਿਆਰ ਦਿੰਦੇ ਜਿਵੇਂ ਅਸੀਂ ਆਪ ਖੁਦ ਹਾਂ ਤਾਂ ਅਗਰ ਉਹ ਚਾਹਵਣ ਤਾਂ ਸਾਡਾ ਇੱਥੇ ਬੰਦਾ ਮੈਂਬਰ ਵੀ ਦੂਸਰੀ ਬਰਾਦਰੀ ਦੇ ਨਾਲ ਬਣੇ ਅਸੀਂ ਇਸ ਤਰ੍ਹਾਂ ਹੀ ਆ ਭੈਣਾਂ ਭਾਈਆਂ ਦਾ ਰਹਿੰਦੇ ਹਾਂ ਤਾਂ ਸਾਡੇ ਹਰ ਵੇਰੀ ਸਾਡੇ ਉਹ ਸਾਡੇ ਨਾਲ ਜਿਹੜਾ ਹੁੰਦਾ ਪਹਿਲੇ ਨਾਲ ਨਾਇਬ ਨਾਜ਼ਮ ਦੋ ਦਫ਼ਾ ਰਾਈ ਰਹੇ ਨੇ ਹੁਣ ਸਾਡੇ ਨਾਲ ਵਾਇਸ ਚੇਅਰਮੈਨ ਸਾਡੇ ਨਾਲ ਰਾਈ ਬਹੁਤ ਅੱਛਾ ਡੋਗਰ ਸਾਹਿਬ ਤੁਹਾਡਾ ਬਹੁਤ ਬਹੁਤ ਥੈਂਕ ਯੂ ਜਨਾਬ ਅਤੇ ਅਸੀਂ ਇਹ ਜਲਦ ਆਪਣਾ ਜਿਹੜਾ ਤੁਹਾਡਾ ਸੰਦੇਸ਼ ਹੈ ਤੁਹਾਡੇ ਜੋ ਵੀ ਗੱਲਬਾਤ ਲਈ ਹੈ ਪਬਲਿਕ ਤੱਕ ਪਹੁੰਚਾਉਣ ਲਈ ਅਸੀਂ ਆਪਣੇ ਪੰਜਾਬ ਮੇਲ ਦੇ ਚੈਨਲ 'ਤੇ ਜ਼ਰੂਰ ਪਾਵਾਂਗੇ ਠੀਕ ਮਿਹਰਬਾਨੀ ਥੈਂਕ ਯੂ ਵੈਰੀ ਮਚ ਸੋ ਨਾਈਸ